ਵੀ ਖਾ ਕੇ ਮਰ ਲੂ ਵੀ ਟਾਈਮ ਲੱਗਦਾ ਬਸ ਖਾਦਾ ਵਿਖਾ ਇੱਕ ਹੈ ਯਾਰ ਉੱਥੇ ਗਿਆ ਥੋੜ੍ਹਾ ਜਿਹਾ ਵੀ ਉਹ ਸੰਸਾਰ ਹੀ ਵਿਖਿਆ ਉੱਥੇ ਰਹੀ ਹੈ ਕਣਕ ਕੱਟ ਕੇ ਜਲ ਤਰੰਗ ਜੈਸੀ ਜਿਵੇਂ ਸੋਨੇ ਦਾ ਕੜਾ ਬਣਿਆ ਹੋਇਆ ਚਾਹੇ ਉਹਨੂੰ ਸੋਨਾ ਕਹਿ ਲੋ ਚਾਹੇ ਕੜਾ ਕਹਿ ਲੋ ਇੱਕੋ ਚੀਜ਼ ਹੈ ਜ਼ਹਿਰ ਦੀ ਸੈਂਸ ਆ ਗਈ ਉਹਦੇ ਕਹਿੰਦਾ ਵਿਖੇ ਵਿਖ ਖਾਈ ਅੰਮ੍ਰਿਤ ਛਾਟ ਵਿਖੇ ਵਿਖ ਖਾਈ ਹੁਣ ਜਿਹੜੀ ਵਿਖ ਜਾਂ ਅੰਮ੍ਰਿਤ ਜਿਹੜਾ ਵਿਖ ਜਿਹੜਾ ਖਾ ਰਿਹਾ ਮਾਇਆ ਖਾ ਰਿਹਾ ਖਾ ਤਾਂ ਸਰੀਰ ਇਹਦੇ ਹੈ ਉੱਥੇ ਕਿਹਾ ਮਨ ਸੰਬੋਧਨ ਮਨ ਨੂੰ ਵੀ ਤੂੰ ਖਾਂਦਾ ਅੰਮ੍ਰਿਤ ਛਾਟ ਵਿਖੇ ਵਿਖ ਖਾਈ ਜਦੋਂ ਮਨ ਤਾਂ ਖਾਂਦਾ ਨੀ ਵਿਖ ਖਾਂਦਾ ਹੀ ਹੈ ਇਹ ਉਹਨਾਂ ਚ ਖਾਂਦਾ ਜਿੰਨਾ ਚਿਰ ਇਹਦੇ ਅੰਦਰ ਉਹਦੀ ਇੱਛਾ ਜਿੰਨਾ ਚਿਰ ਇਹਦੇ ਅੰਦਰ ਟੇਸਟ ਹੈ ਜਿੰਨਾ ਚਿਰ ਮਾਇਆ ਚ ਫਸਿਆ ਹੋਇਆ ਸਰੀਰ ਤੋਂ ਆਪਣੇ ਆਪ ਨੂੰ ਵੱਖਰੇ ਨਹੀਂ ਸਮਝਦਾ ਹੋਰ ਅੰਮ੍ਰਿਤ ਕਿਉਂ ਨਹੀਂ ਖਾਂਦਾ ਫਿਰ ਅੰਮ੍ਰਿਤ ਨਾ ਖਾਣ ਦਾ ਕਾਰਨ ਥੋੜਾ ਜਿਹਾ ਫਰਕ ਹੈ ਜਾ ਕੇ ਗੁਰਦੁਆਰੇ ਜਾਂ ਅਰਦਾਸ ਕਰਦਾ ਮਨੋਕਾਮਨਾ ਦੀ ਵਿਖੇ ਖਾਂਦਾ ਹੈ ਕੀ ਕਰਦਾ ਕੀ ਕਰਨ ਨੂੰ ਮੰਗਦਾ ਇੱਛਾ ਜਿਹੜੀ ਰੱਖਦਾ ਅੰਦਰ ਭੁੱਖ ਹੈ ਜਿਹੜੀ ਮਾਇਆ ਦੀ ਮਾਇਆ ਦੀ ਭੁੱਖ ਨਹੀਂ ਹੈ ਕਾਹਦੇ ਨੂੰ ਮਾਇਆ ਦੀ ਭੁੱਖ ਕਿੱਥੇ ਹੈ ਫਿਰ ਮਾਇਆ ਦੀ ਭੁੱਖ ਜੇ ਭੁੱਖ ਹੈ ਤਾਂ ਖਾਧਾ ਵੀ ਹੈ ਜੋ ਇਹਨੂੰ ਪ੍ਰਾਪਤ ਹੁੰਦੀ ਹੈ ਮਾਇਆ ਉਹ ਇਹਨੇ ਖਾਧੀ ਹੋਈ ਫਿਰ ਵੀ ਭੁੱਖ ਨਹੀਂ ਉਤਰਦੀ ਸੈਂਸ ਕੱਟੇ ਜੋ ਖੱਟੇ ਉਹ ਖਾ ਲੇ ਭੁੱਖ ਹੋਰ ਵੱਧ ਗਈ ਉਸ ਧਾਵ ਨਾ ਫਿਰ ਉਹ ਸੈਂਸ ਵਿੱਚ ਕਰ ਗਈ ਜੋ ਚੀਜ਼ ਪ੍ਰਾਪਤ ਹੋ ਗਈ ਉਹਨੇ ਖਾ ਲਈ ਭੁੱਖ ਹੋਰ ਵੱਧ ਗਈ ਸੈਂਸ ਕੱਟੇ ਲੱਕ ਉੱਠ ਧਾਵ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਭੁੱਖ ਘਟੀ ਦੀ ਭੁੱਖ ਹੋਰ ਵੱਧ ਗਈ ਤ੍ਰਿਪਤ ਨਾ ਆਵੇ ਇਹਦੇ ਨਾਲ ਖਾਦ ਵਾਲਾ ਹੀ ਨਾ ਪਰ ਤ੍ਰਿਪਤੀ ਨਹੀਂ ਆਈ ਉਹਦੇ ਨਾਲ ਸਗੋਂ ਭੁੱਖ ਹੋਰ ਵੱਧ ਗਈ ਜੋ ਪਾਪ ਕੀਰਤਨ ਨਹੀਂ ਧਰਾਪਾ ਇਹ ਸੈਂਕਲ ਖਾਂਦਾ ਹੀ ਹੈ ਖਾਂਦਾ ਕਿ ਮਨ ਤਾਂ ਫਿਰ ਇਵੇਂ ਖਾਊ ਹੋਰ ਕਿਵੇਂ ਖਾਊਗਾ ਮਨ ਖਾਣਾ ਮੰਨਿਆ ਜਾਊਗਾ ਖਾਣਾ ਹੀ ਮੰਨਿਆ ਜਾਊਗਾ ਹੋਰ ਕੀ ਕਰਿਆ ਜਾਊਗਾ ਹੋਰ ਕਿਵੇਂ ਖਾਊਗਾ ਜਦ ਮਨ ਆਪਣੇ ਆਪ ਨੂੰ ਉਹ ਚੀਜ਼ ਪ੍ਰਾਪਤ ਕਰਾ ਕੇ ਤ੍ਰਿਪਤ ਮਹਿਸੂਸ ਕਰਦਾ ਹੈ ਹਾਂ ਫਿਰ ਖਾਦਾ ਹੀ ਹੈ ਸਕੂਟਰ ਤੋਂ ਕਾਰ ਤੇ ਇੱਕ ਵਾਰ ਤਾਂ ਖੁਸ਼ ਹੋ ਜਾਂਦਾ ਦੋ ਚਾਰ ਸਾਲ ਬਾਅਦ ਫਿਰ ਚਾਹੇ ਹੋਰ ਕਈ ਵਾਰੀ ਐ ਚੀਜ਼ ਹੁੰਦਾ ਵੀ ਕੋਈ ਚੀਜ਼ ਪ੍ਰਾਪਤ ਕਰਕੇ ਸਗੋਂ ਉਹਦੇ ਉਚਾਟ ਹੋ ਜਾਂਦਾ ਚੀਜ਼ ਨਿਆਣਾ ਉਸ ਖਿਡੌਣੇ ਨੂੰ ਨਹੀਂ ਖੇਡਦਾ ਫਿਰ ਵੱਡਾ ਤਾਹੀ ਉੱਗੂਗਾ ਜੇ ਉਸੇ ਨਾਲ ਖੇਡੀ ਜਾਵੇ ਪਰਚਿਆ ਹੋਵੇ ਵੱਡੇ ਦੀ ਡਿਮਾਂਡ ਨਹੀਂ ਹੁੰਦੀ ਉਹਦੇ ਅੰਦਰ ਵਿਚਾਰ ਤਾਂ ਨਹੀਂ ਹੁੰਦੇ ਮਾਇਆ ਨਾਲ ਨਹੀਂ ਬਹੁਤਾ ਚਿਰ ਜੁੜਿਆ ਰਿਹਾ ਸਿਰ ਦਾ ਮਾਇਆ ਨੂੰ ਬਹੁਤਾ ਚਿਰ ਤਰਫ ਨਾਲ ਮਾਇਆ ਤਾਂ ਅੱਗੇ ਸੌ ਕੇ ਅੱਗੇ ਸੌ ਕੇ ਮਾਇਆ ਨਾਲ ਨਹੀਂ ਬਹੁਤਾ ਚਿਰ ਕਰ ਸਕਦਾ ਮਾਇਆ ਜਾਂਦਾ ਕੀ ਹੈ ਟੇਸਟ ਖਤਮ ਹੋ ਜਾਂਦਾ ਟੇਸਟ ਬਹੁਤ ਛੇਤੀ ਖਤਮ ਹੋ ਜਾਂਦਾ ਹਾਂਜੀ ਹਮਰੀ ਚਿਤਵਣੀ ਹਰ ਪਲ ਜਾਂਦਾ
और कोई निंद करे है जानकी प्रभ ताका कहया एक तिल नहीं मानना है। जी आप चित बद आदमी जरा चित बद जरा असी चित बद त्रिकुटी चो चित बद इतों चित बद जो साढ़े अंदर इच्छा पैदा होती है वह साड़ी चित बड़ी हो जाती ਪਹਿਲੇ ਪਤਾ ਨਹੀਂ ਵੀ ਦੂਆ ਖੇਤ ਲੈ ਲਿਆ ਪਹਿਲੇ ਪਤਾ।